ਬੰਦਾ ਸੰਤੋਖ ਸਰਮਪਤ ਝੋਲੀ ਕਹਿੰਦਾ ਫੇਰ ਮਿਹਨਤ ਕਰਨੀ, ਮਿਹਨਤ ਨਾਲ ਹੀ ਤੁਹਾਡੀ ਪੱਤ ਰਹੇਗੀ, ਨਹੀਂ ਤਾਂ ਮੰਗਤੇ ਬਣ ਕੇ ਫਿਰਾਂਗੇ। ਧਿਆਨ ਰੱਖਣਾ, ਜਿਹੜਾ ਬੰਦਾ ਮਿਹਨਤ ਨਹੀਂ ਨਾ ਕਰਦਾ, ਧਿਆਨ ਰੱਖਿਓ, ਜਿਹੜਾ ਬੱਚਾ ਲੁੱਟਦਾ ਚੋਰੀ ਕਰਦਾ ਕਿਉਂ ਕਰਦਾ, ਉਹ ਇਸ ਵਾਸਤੇ ਲੁੱਟਦਾ ਕਿਉਂਕਿ ਉਹਦੀ ਜ਼ਰੂਰਤਾਂ ਪੂਰ ਬਹੁਤ ਨੇ, ਪਰ ਮਿਹਨਤ ਨਾ ਕਰਨ ਕਰਕੇ ਕਮਾਈ ਨਹੀਂ ਹੈ। ਅਤੇ ਜਿਹੜਾ ਮਿਹਨਤ ਕਰਦਾ ਨਾ, ਉਹਨੂੰ ਫਿਰ ਲੁੱਟਦਾ, ਉਹ ਤੋਂ ਖਾਣ ਦੀ ਕੋਸ਼ਿਸ਼ ਕਰਦਾ। ਧਿਆਨ ਰੱਖਣਾ, ਕਹਿੰਦੇ ਉਹਦੀ ਫਿਰ ਪੱਤ ਖਤਮ ਹੋ ਜਾਂਦੀ, ਉਹਦੀ ਪੱਤ ਲੈ ਜਾਂਦੀ। ਅਤੇ ਜਿਹੜਾ ਮਿਹਨਤ ਕਰਦਾ ਉਹਦੀ ਆਪਣੀ ਪੱਤ ਵੀ ਰਹਿੰਦੀ ਹੈ, ਉਹ ਦੂਜੇ ਦੀ ਵੀ ਪੱਤ ਰੱਖ ਲੈਂਦਾ, ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਉਹਦੀ ਮਦਦ ਕਰ ਦਿੰਦਾ। ਧਿਆਨ ਰੱਖਣਾ, ਸੋ ਮਹਾਰਾਜ ਕਹਿੰਦੇ ਸ਼ਰਮ ਇਜ਼ ਮਿਹਨਤ। ਧਿਆਨ ਰੱਖਣਾ, ਆਪਾਂ ਉੱਥੇ ਪੜ੍ਹਦੇ ਹਾਂ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ, ਮੇਰੇ ਮਾਲਕ ਮੈਂ ਤੇਰੀ ਸ਼ਰਨ 'ਚ ਪਿਆ, ਮੇਰੀ ਸ਼ਰਮ ਰੱਖ ਲਿਓ, ਮੇਰੀ ਮਿਹਨਤ ਰੱਖ ਲਿਓ, ਘਾਲ ਆਪਣੀ ਥਾਂ ਪੈ ਜੇ। ਧਿਆਨ ਰੱਖਣਾ, ਸੋ ਜਦੋਂ ਆਪਾਂ ਅੱਗੇ ਹੁਣ ਜਪਜੀ ਸਾਹਿਬ ਪੜ੍ਹਾਂਗੇ, ਅੱਗੇ ਸ਼ਰਮਖੰਡ ਆਊਗਾ। ਕੀ ਆਊਗਾ? ਸ਼ਰਮਖੰਡ, ਯਾਨੀ ਮਿਹਨਤ ਕਰਨ ਦੀ ਅਵਸਥਾ, ਉੱਦਮ ਕਰਨ ਦੀ ਅਵਸਥਾ ਦਾ ਇੱਕ ਫੇਜ਼ ਆਉਣਾ ਹੈ ਕਰਮ ਕਰਨ ਤੋਂ ਪਹਿਲਾਂ। ਧਿਆਨ ਰੱਖਣਾ, ਕਰਮ ਕਰਨ ਤੋਂ ਪਹਿਲਾਂ ਬੰਦਾ ਉੱਦਮ ਕਰਦਾ ਤਾਂ ਕਰਮ ਹੁੰਦਾ, ਜੇ ਉੱਦਮ ਹੀ ਨਾ ਕਰੇ ਤਾਂ ਕਰਮ ਨਹੀਂ ਹੁੰਦਾ। ਉੱਦਮ ਉਹੀ ਬੰਦਾ ਕਰ ਸਕਦਾ ਹੈ ਜਿਹਨੂੰ ਗਿਆਨ ਹੋਵੇਗਾ। ਧਿਆਨ ਰੱਖਣਾ, ਜਿਵੇਂ ਤੁਹਾਨੂੰ ਰੋਟੀ ਬਣਾਉਣ ਦਾ ਗਿਆਨ ਹੋਊਗਾ ਤਾਂ ਤੁਸੀਂ ਉੱਠ ਕੇ ਰੋਟੀ ਬਣਾਉਣ ਲੱਗ ਜਾਓਗੇ, ਹੈ ਨਾ। ਜੇ ਤੁਹਾਨੂੰ ਕੋਈ ਡਾਕਟਰੀ ਦਾ ਗਿਆਨ ਹੋਊਗਾ, ਜਦੋਂ ਕੋਈ ਪੇਸ਼ੈਂਟ ਆਊਗਾ ਤਾਂ ਤੁਸੀਂ ਇੱਕਦਮ ਉੱਠ ਕੇ ਉਹਦੀ ਮਦਦ ਕਰੋਗੇ, ਉੱਦਮ ਕਰੋਗੇ ਮਦਦ ਕਰਨ ਦੀ। ਜੇ ਤੁਹਾਨੂੰ ਗੱਡੀ ਚਲਾਉਣ ਦਾ ਗਿਆਨ ਹੋਊਗਾ, ਕਿਸੇ ਨੇ ਕਿਹਾ ਹੋਊਗਾ ਨਾ ਕਿ ਭਾਈ ਮੈਨੂੰ ਗੱਡੀ ਉੱਥੇ ਤੱਕ ਛੱਡਣੀ ਹੈ, ਕਹੋ ਮੈਂ ਛੱਡਿਆ ਉਹਨਾਂ, ਤੁਹਾਡੇ ਕਹਿੰਦੇ ਉੱਦਮ ਹੋਏਗਾ ਉਸ ਵਿੱਚ। ਜੇ ਗਿਆਨ ਨਹੀਂ ਨਾ ਹੋਏਗਾ, ਉੱਦਮ ਨਹੀਂ ਹੁੰਦਾ, ਕਰਮ ਤਾਂ ਬਹੁਤ ਦੂਰ ਦੀ ਗੱਲ ਹੈ। ਧਿਆਨ ਰੱਖਣਾ, ਸੋ ਮਹਾਰਾਜ ਕਹਿੰਦੇ ਨੇ ਗਿਆਨ ਕੰਪਲੀਟ ਹੋਣਾ ਚਾਹੀਦਾ, ਫਿਰ ਉੱਦਮ ਹੁੰਦਾ, ਫਿਰ ਜਦੋਂ ਉੱਦਮ ਹੁੰਦਾ ਤਾਂ ਫਿਰ ਉਹ ਕਰਮ ਪੂਰਾ ਹੁੰਦਾ, ਅਤੇ ਕਰਮ ਕੈਸਾ ਹੁੰਦਾ ਉਹਦਾ ਦੱਸਣਗੇ ਹੁਣ ਜ਼ਿਕਰ ਕਰਨਗੇ ਅੱਗੇ। ਸੋ ਮਹਾਰਾਜ ਕਹਿੰਦੇ ਸ਼ਰਮ ਜੀਵਨ ਵਿੱਚ ਆਪਣੇ ਕਮਾ ਕੇ ਰੱਖਣੀ, ਇਹੀ ਪੱਤ ਦੀ ਝੋਲੀ ਹੈ, ਨਹੀਂ ਤਾਂ ਬੰਦਾ ਮੰਗਦਾ ਫਿਰਦਾ ਵਾ। ਧਿਆਨ ਰੱਖਣਾ, ਸੋ ਮਹਾਰਾਜ ਨੇ ਪਹਿਲਾਂ ਪਿੱਛੇ ਗੱਲ ਕਹੀ ਸੀ, ਜੇਤੀ ਸਿਰ ਠੁਪਾਈ ਵੇਖਾਂ ਬਿਨ ਕਰਮਾ ਕਹਿ, ਬਿਨਾਂ ਕਰਮਾਂ ਤੋਂ ਕਿਸੇ ਨੂੰ ਕੁਝ ਨਹੀਂ ਮਿਲਣਾ। ਸੋ ਉਸ ਸਟੇਟ ਤੱਕ ਮਹਾਰਾਜ ਅੱਗੇ ਬਾਣੀ ਨੂੰ ਹੁਣ ਲੈ ਕੇ ਜਾਣਗੇ ਸਾਨੂੰ ਸਮਝਾਉਣ ਵਾਸਤੇ। ਇੱਥੇ ਹੁਣ ਪਹਿਲਾਂ ਤਾਂ ਸੰਤੋਖ ਦੀ ਮੁਦਰਾ ਰੱਖਣੀ ਆਪਣੇ ਦਿਮਾਗ ਨੂੰ ਸੈੱਟ ਰੱਖਣ ਵਾਸਤੇ, ਫਿਰ ਮਿਹਨਤ ਕਰਨੀ, ਇਹਨੂੰ ਆਪਣੀ ਪੱਤ ਦੀ ਝੋਲੀ ਬਣਾ ਕੇ ਰੱਖਣਾ। ਫਿਰ ਮਹਾਰਾਜ ਕਹਿੰਦੇ ਧਿਆਨ ਕੀ ਕਰੇ ਵਿਭੂਤ, ਜਿਹੜੇ ਲੋਕ ਵਿਭੂਤੀਆਂ ਲਗਾਉਂਦੇ ਸੀ ਨਾ, ਉਹ ਵਿਭੂਤੀ ਇਸ ਵਾਸਤੇ ਲਗਾਉਂਦੇ ਸੀ ਜੇ ਗਰਮ ਹੋਵੇ ਤਾਂ ਠੰਡਾ ਹੋ ਜਾਵੇ, ਜੇ ਠੰਡਾ ਹੈ ਤਾਂ ਗਰਮ ਲੱਗਣ ਲੱਗ ਜਾਏ, ਉਹ ਵਿਭੂਤੀ ਲਗਾਉਂਦੇ ਸੀ, ਜਿਹਨੂੰ ਰਾਖ ਕਹਿੰਦੇ ਆਪਾਂ, ਐਸ਼ ਕਹਿੰਦੇ। ਮਹਾਰਾਜ ਕਹਿੰਦੇ ਤੁਸੀਂ ਧਿਆਨ ਦੀ ਵਿਭੂਤੀ ਲਗਾਓ, ਕਦੇ ਖਿਆਲ ਕਰੋ, ਧਿਆਨ ਆਪਣਾ ਥਰਮੋਸਟੈਟ ਵਾਂਗੂ ਕੰਮ ਕਰਦਾ। ਥਰਮੋਸਟੈਟ ਜਿਵੇਂ ਏਸੀ ਦੇ ਇੱਕ ਥਰਮੋਸਟੈਟ ਲੱਗਿਆ ਹੁੰਦਾ ਕਿ ਜਦੋਂ ਬਹੁਤ ਠੰਡਾ ਹੋ ਜਾਵੇ ਤਾਂ ਇੱਕਦਮ ਉਹ ਬੰਦ ਹੋ ਜਾਂਦਾ, ਉਹਦੇ ਲੈਵਲ ਦੇ ਉੱਤੇ ਤੁਸੀਂ ਉਹਨੂੰ ਸੈੱਟ ਕਰ ਦਿਓ ਕਿ ਮੈਨੂੰ 24 ਡਿਗਰੀ 'ਤੇ ਚਾਹੀਦਾ ਹੈ, ਹੈ ਨਾ। ਉਸ ਲੈਵਲ ਤੋਂ ਜਿਵੇਂ ਹੀ ਤਾਂ ਅੱਗੇ ਵਧੇਗਾ ਤਾਂ ਘੱਟ ਕਰ ਜਾਏਗਾ। ਧਿਆਨ ਰੱਖਣਾ, ਇਵੇਂ ਜੇਕਰ ਹਰੇਕ ਚੀਜ਼ ਥਰਮੋਸਟੈਟ ਹੁੰਦਾ ਆਪਣੇ ਵਿੱਚ, ਕਿ ਥਰਮੋਸਟੈਟ ਹੈਗਾ ਧਿਆਨ। ਤੁਸੀਂ ਇੱਥੋਂ ਉੱਡ ਕੇ ਗਰਮੀ 'ਚੋਂ ਇੱਕਦਮ ਤੁਸੀਂ ਠੰਡ 'ਚ ਚਲੇ ਜਾਓ ਕਸ਼ਮੀਰ ਜਾਂ ਸਵੀਡਨ, ਇੱਕਦਮ ਤੁਹਾਡਾ ਬੋਡੀ ਅੰਦਰੋਂ ਗਰਮੀ ਜਨਰੇਟ ਕਰੇਗੀ ਉੱਥੇ ਉਤਰ ਅਨੁਸਾਰ। ਧਿਆਨ ਰੱਖਣਾ, ਉਹ ਠੰਡ ਤੁਹਾਨੂੰ ਛੇਤੀ ਲੱਗੇਗੀ ਨਹੀਂ। ਧਿਆਨ ਰੱਖਣਾ, ਜੇ ਤੁਸੀਂ ਉੱਧਰੋਂ ਠੰਡ ਤੋਂ ਇੱਕਦਮ ਇੱਧਰ ਹੀ ਆ ਗਏ, ਤੁਹਾਡੀ ਬੋਡੀ ਇੱਕਦਮ ਹੀਟ ਜਨਰੇਟ ਕਰੇਗੀ। ਧਿਆਨ ਰੱਖਣਾ, ਯਾਨੀ ਤੁਹਾਡੇ ਅੰਦਰ ਪਸੀਨਾ ਆਉਣ ਲੱਗ ਜਾਏ, ਪਸੀਨੇ ਨਾਲ ਬੋਡੀ ਠੰਡੀ ਹੋ ਜਾਏਗੀ। ਧਿਆਨ ਰੱਖਣਾ, ਅਤੇ ਇਹ ਗਰਮੀ ਤੁਹਾਨੂੰ ਲੱਗੇਗੀ ਨਹੀਂ। ਧਿਆਨ ਰੱਖਣਾ, ਜੀਵਨ ਦੀ ਅਵਸਥਾ ਤੁਹਾਡੇ ਅੰਦਰ ਥਰਮੋਸਟੈਟ ਕ੍ਰੀਏਟ ਕਰਦੀ ਹੈ, ਧਿਆਨ ਥਰਮੋਸਟੈਟ ਕ੍ਰੀਏਟ ਕਰਦਾ। ਧਿਆਨ ਰੱਖਣਾ, ਯਾਨੀ ਜਦੋਂ ਵੀ ਕੋਈ ਚੀਜ਼ ਬਦਲਦੀ ਹੈ ਨਾ, ਇੱਕਦਮ ਧਿਆਨ ਸੰਭਾਲਦਾ ਉਹਨੂੰ। ਕੌਣ ਸੰਭਾਲਦਾ? ਧਿਆਨ। ਜੇ ਧਿਆਨ ਬਰਾਬਰ ਨਹੀਂ ਨਾ ਰਿਹਾ, ਤੁਸੀਂ ਜੇ ਗਰਮੀ 'ਚ ਉਤਰੇ ਤਾਂ ਗਰਮੀ ਲੱਗ ਗਈ, ਬੁਖਾਰ ਚੜ੍ਹ ਜਾਏਗਾ, ਜੇ ਠੰਡ 'ਚ ਉਤਰੇ ਤਾਂ ਠੰਡ ਲੱਗ ਗਈ ਅਤੇ ਬੁਖਾਰ ਚੜ੍ਹ ਜਾਏਗਾ। ਧਿਆਨ ਰੱਖਣਾ, ਬੋਡੀ ਬਰਦਾਸ਼ਤ ਨਹੀਂ ਕਰਦੀ। ਸੋ ਧਿਆਨ ਨੂੰ ਪਕਾਓ, ਧਿਆਨ ਪਕਾਉਣਾ ਇਜ਼ ਵੈਰੀ ਇੰਪੋਰਟੈਂਟ। ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਧਿਆਨ ਹੀ ਇੰਪੋਰਟੈਂਟ ਹੈ। ਜੇ ਤੁਸੀਂ ਗੱਲ ਵੀ ਸੁਣਦੇ ਤਾਂ ਧਿਆਨ ਨਾਲ ਸੁਣੋਗੇ ਤਾਂ ਟਿਕੇਗੀ, ਨਹੀਂ ਤਾਂ ਨਹੀਂ ਟਿਕੇਗੀ। ਧਿਆਨ ਰੱਖਣਾ, ਜੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ, ਜੇ ਧਿਆਨ ਨਾਲ ਕਰ ਰਹੇ ਹੋ ਤਾਂ ਉਹ ਤੁਹਾਡੇ ਅੰਦਰ ਪ੍ਰੋਪਰਲੀ ਮੂਵ ਕਰੇਗੀ, ਨਹੀਂ ਤਾਂ ਨਹੀਂ ਕਰੇਗੀ। ਜੇ ਤੁਸੀਂ ਪੋਟ 'ਤੇ ਵੀ ਬੈਠੇ ਨਾ, ਪੋਟ 'ਤੇ ਵੀ ਜੇ ਧਿਆਨ ਇੱਧਰ ਉੱਧਰ ਚਲਾ ਗਿਆ ਤਾਂ ਪੋਟ ਵੀ ਬੰਦ ਹੋ ਜਾਂਦਾ। ਧਿਆਨ, ਉਹ ਵੀ ਬੰਦ ਹੋ ਜਾਂਦਾ। ਉੱਥੇ ਵੀ ਧਿਆਨ ਲਗਾਉਣ ਵਾਸਤੇ ਬਹੁਤ ਸਾਧਨਾ ਕਰਨੀ ਪੈਂਦੀ ਹੈ,
ਨਹੀਂ ਤਾਂ ਬੰਦਾ ਉਹਦਾ ਇਨਪੁੱਟ ਜ਼ਿਆਦਾ ਰਹਿੰਦਾ ਅਤੇ ਆਊਟਪੁੱਟ ਰਹਿੰਦਾ ਹੀ ਨਹੀਂ, ਬਹੁਤ ਘੱਟ ਰਹਿੰਦਾ ਹੈ, ਅਤੇ ਫਿਰ ਬੰਦਾ ਪੇਟ ਵਧਣ ਲੱਗ ਜਾਂਦਾ ਹੈ। ਧਿਆਨ ਰੱਖਣ, ਸੋ ਖਿਆਲ ਕਰਿਓ, ਧਿਆਨ ਤੁਹਾਡੇ ਬੋਡੀ ਨੂੰ ਨੋਰਮਲ ਰੱਖਦਾ ਹੈ, ਧਿਆਨ ਤੁਹਾਡੇ ਸਿਸਟਮ ਨੂੰ ਕੰਟਰੋਲ ਰੱਖਦਾ ਹੈ। ਕਹਿੰਦੇ ਧਿਆਨ ਦੀ ਵਿਭੂਤੀ ਲਗਾਓ, ਮਹਾਰਾਜ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ, ਕਹਿੰਦੇ ਐਸੀ ਅਵਸਥਾ ਵਿੱਚ ਫਿਰ ਜਿਹੜਾ ਕਾਲ ਹੈ ਨਾ ਸਮੇਂ, ਖਿੰਥਾ ਕਹਿੰਦੇ ਨੇ ਆਪਣੀ ਬੋਡੀ ਨੂੰ, ਕਹਿੰਦੇ ਆਪਣੀ ਜਿਹੜੀ ਬੋਡੀ ਹੈ ਕਾਲ ਤੋਂ ਫਿਰ ਕੁਆਰੀ ਰਹਿੰਦੀ ਹੈ, ਯਾਨੀ ਕਾਲ ਉਹਨੂੰ ਛੂੰਹਦਾ ਨਹੀਂ ਹੈ, ਏਜਿੰਗ ਪ੍ਰੋਸੈਸ ਵਿੱਚ ਨਹੀਂ ਜਾਂਦਾ ਬੰਦਾ। ਜੇ ਸੰਤੋਖ ਰੱਖੇ, ਜੇ ਆਪਣੇ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਉੱਦਮ ਰੱਖੇ, ਜੇ ਬੰਦਾ ਧਿਆਨ ਨੂੰ ਪਕਾ ਕੇ ਰੱਖੇ, ਤਿੰਨ ਚੀਜ਼ਾਂ ਜੇ ਰੱਖੇ, ਤਾਂ ਤੁਹਾਡੀ ਬੋਡੀ ਨੂੰ ਬੋਡੀ ਏਜਿੰਗ ਪ੍ਰੋਸੈਸ ਵਿੱਚ ਨਹੀਂ ਜਾਏਗੀ। ਧਿਆਨ ਰੱਖ, ਨਹੀਂ ਤਾਂ ਬੰਦਾ ਛੇਤੀ ਏਜਿੰਗ ਪ੍ਰੋਸੈਸ ਵਿੱਚ ਜਾਂਦਾ। ਤੁਹਾਨੂੰ ਪਤਾ ਬੁੱਢਾ ਕਿਉਂ ਹੁੰਦਾ ਬੰਦਾ? ਛੇਤੀ ਉਹਦੇ ਧੌਲੇ ਕਿਉਂ ਆ ਜਾਂਦੇ ਨੇ? ਝੁਰੀਆਂ ਕਿਉਂ ਪੈ ਜਾਂਦੀਆਂ ਨੇ? ਉਹ ਬੁੱਢਾ ਕਿਉਂ ਲੱਗਣ ਲੱਗ ਜਾਂਦਾ ਹੈ? ਇਸ ਵਾਸਤੇ ਲੱਗਣ ਲੱਗ ਜਾਂਦਾ ਹੈ ਕਿਉਂਕਿ ਉਹਦੇ ਨਾਲ ਸੰਤੋਖ ਨਹੀਂ ਸੀ ਅਤੇ ਦਿਮਾਗ ਬੈਲੈਂਸ ਵਿੱਚ ਨਹੀਂ ਸੀ, ਉਹ ਉੱਦਮ ਨਹੀਂ ਕਰਦਾ ਸੀ ਅਤੇ ਲੋਕਾਂ ਦੇ ਕੋਲ ਮੰਗਦਾ ਫਿਰਦਾ ਸੀ, ਪਰੇਸ਼ਾਨੀ ਰਹਿੰਦੀ ਸੀ। ਧਿਆਨ ਰੱਖਣ, ਐਸੇ ਬੰਦੇ ਦਾ ਧਿਆਨ ਜਦੋਂ ਟਿਕਦਾ ਨਹੀਂ ਨਾ, ਇੱਧਰ ਉੱਧਰ ਭੱਜਦਾ ਰਹਿੰਦਾ ਹੈ, ਅਤੇ ਬੰਦੇ ਦੀ ਏਜਿੰਗ ਪ੍ਰੋਸੈਸ ਵਿੱਚ ਸੁਰਤ ਚਲੀ ਜਾਂਦੀ ਹੈ। ਅਸੀਂ ਕਹਿੰਦੇ ਛੇਤੀ ਬੁੱਢਾ ਹੋ ਗਿਆ, ਬਹੁਤ ਪਰੇਸ਼ਾਨ ਸੀ ਜੀ। ਧਿਆਨ ਰੱਖਣ, ਜਿਹੜਾ ਬੰਦਾ ਜਿੰਨਾ ਪਰੇਸ਼ਾਨ ਹੁੰਦਾ ਹੈ ਉਨਾ ਛੇਤੀ ਉਹਦੇ ਝੁਰੀਆਂ ਪੈ ਜਾਣਗੀਆਂ, ਉਨਾ ਛੇਤੀ ਉਹ ਜਵਾਨੀ 'ਚ ਬੁੱਢਾ ਲੱਗਣ ਲੱਗ ਜਾਏਗਾ। ਬਿਮਾਰੀ ਹੈ, ਧਿਆਨ ਰੱਖਣਾ, ਬਹੁਤ ਬੜੀ ਬਿਮਾਰੀ। ਸੋ ਮਹਾਰਾਜ ਕਹਿੰਦੇ ਆਹ ਤਿੰਨ ਚੀਜ਼ਾਂ ਹੋਣੀਆਂ ਬਹੁਤ ਇੰਪੋਰਟੈਂਟ ਨੇ, ਸੰਤੋਖ ਰੱਖਣਾ, ਜੀਵਨ ਦੇ ਵਿੱਚ ਉੱਦਮ ਰੱਖਣਾ, ਅਤੇ ਤੀਜਾ ਮਹਾਰਾਜ ਕਹਿੰਦੇ ਧਿਆਨ ਨੂੰ ਬਣਾ ਕੇ ਰੱਖਣਾ। ਕਹਿੰਦੇ ਐਸਾ ਰੱਖਣ ਦੇ ਨਾਲ ਆਪਣੀ ਜਿਹੜੀ ਕਾਇਆ ਹੈ, ਕਹਿੰਦੇ ਇਹ ਕਾਲ ਤੋਂ ਕੁਆਰੀ ਰਹਿੰਦੀ ਹੈ, ਕਾਲ ਇਹਨੂੰ ਛੂੰਹਦਾ ਨਹੀਂ ਹੈ, ਸਮੇਂ ਤੋਂ ਬਿਯੋਂਡ ਰਹਿੰਦੀ ਹੈ, ਕਹਿੰਦੇ ਇਹਦੇ ਜੀਵਨ ਵਿੱਚ ਏਜਿੰਗ ਪ੍ਰੋਸੈਸ ਨਹੀਂ ਆਉਂਦੀ, ਜਰਾ ਰੋਗ ਨਹੀਂ ਆਉਂਦਾ। ਸੋ ਮਹਾਰਾਜ ਕਹਿੰਦੇ ਜੁਗਤ ਡੰਡਾ ਪ੍ਰਤੀਤ, ਉਹਨਾਂ ਦੇ ਹੱਥਾਂ ਵਿੱਚ ਨਾ ਇੱਕ ਡੰਡਾ ਹੁੰਦਾ, ਜਿਹੜੇ ਜੋਗੀ ਹੁੰਦੇ ਨੇ ਨਾ, ਜਿਹਦੇ ਨਾਲ ਉਹ, ਜਿਹਨੂੰ ਸਟਾਫ ਕਹਿੰਦੇ ਨੇ, ਧਿਆਨ ਰੱਖ, ਜਿਹਦੇ ਨਾਲ ਉਹ ਜੰਤਰ ਮੰਤਰ ਕਰਦੇ ਹੁੰਦੇ ਨੇ। ਮਹਾਰਾਜ ਕਹਿੰਦੇ ਤੁਹਾਡੇ ਕੋਲ ਇੱਕ ਐਸਾ ਡੰਡਾ ਹੋਣਾ ਚਾਹੀਦਾ, ਉਹ ਹੈ ਫੇਥ ਦਾ, ਕਾਹਦਾ? ਪ੍ਰਤੀਤੀ ਦਾ, ਟਰੱਸਟ ਦਾ, ਆਪਣੇ ਰੱਬ ਦੇ ਉੱਤੇ ਟਰੱਸਟ ਅਤੇ ਫੇਥ ਰੱਖਣਾ। ਇਹਨੂੰ ਕਹਿੰਦੇ ਪ੍ਰਤੀਤੀ ਆ ਗਈ, ਇਹਨੂੰ ਪ੍ਰਤੀਤੀ ਹੈ, ਇਹਨੂੰ ਰੱਬ 'ਤੇ ਯਕੀਨ ਹੈ। ਧਿਆਨ ਰੱਖ, ਆਪਣੇ ਰੱਬ 'ਤੇ ਪੂਰਾ ਭਰੋਸਾ ਰੱਖਣਾ, ਯਕੀਨ ਰੱਖਣਾ, ਇਹ ਰੋਜ਼ ਪੜਿਆ ਪੜਿਆ ਹੀ, ਮਨ ਨੂੰ ਪੜਾਇਆ ਪੜਾਇਆ ਹੀ ਟਿਕਦਾ ਮਨ, ਰੱਬ 'ਤੇ ਪ੍ਰਤੀਤੀ ਆਉਂਦੀ ਹੈ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ, ਹੈ ਨਾ। ਆਏ ਮਨ ਨੂੰ ਯਕੀਨ ਲਵਾਉਣਾ ਕਿ ਮੇਰਾ ਮਨ, ਰੱਬ ਸਭ ਜਾਣਦਾ, ਰੱਬ ਨੂੰ ਬੋਲਣ ਦੀ ਲੋੜ ਨਹੀਂ ਹੁੰਦੀ। ਜਦੋਂ ਤੱਕ ਆਪਣੇ ਮਨ ਨੂੰ ਪ੍ਰਤੀਤੀ ਨਹੀਂ ਨਾ ਹੁੰਦੀ, ਉਦੋਂ ਤੱਕ ਆਪਾਂ ਮੰਗਦੇ ਹੁੰਦੇ ਹਾਂ, ਜਿਉਂ ਜਿਉਂ ਪ੍ਰਤੀਤੀ ਆਉਂਦੀ ਹੈ ਆਪਾਂ ਮੰਗ ਨੂੰ ਹਟ ਜਾਂਦੇ ਹਾਂ। ਧਿਆਨ ਰੱਖਣਾ, ਜਿਹਨੂੰ ਜਿੰਨੀ ਪ੍ਰਤੀਤੀ ਹੋਏਗੀ ਉਹਨਾਂ ਰੱਬ ਤੋਂ ਮੰਗ ਨੂੰ ਹਟ ਜਾਂਦਾ। ਧਿਆਨ ਰੱਖਣਾ, ਜਿਹਦੇ ਅੰਦਰ ਘੱਟ ਪ੍ਰਤੀਤੀ ਹੁੰਦੀ ਹੈ ਉਹਨਾਂ ਖੜ ਕੇ ਮੰਗਦਾ ਰਹਿੰਦਾ। ਧਿਆਨ ਰੱਖਣਾ ਕਿ ਮਹਾਰਾਜ ਹੁਣ ਤੂੰ ਹੀ ਦੇ, ਹੁਣ ਤਾਂ ਮੈਂ ਸਭ ਜਗ੍ਹਾ ਘੁੰਮੇ ਆਇਆ, ਹੁਣ ਤਾਂ ਸਭ ਜਗ੍ਹਾ ਚੱਕਰ ਕੱਟ ਲਏ, ਮੈਨੂੰ ਤਾਂ ਕਿਤੇ ਲੱਭਿਆ ਨੂੰ ਤੂੰ ਹੀ ਦੇ ਦੇ ਹੁਣ, ਹੈ ਨਾ। ਫਿਰ ਉੱਥੇ ਖੜ ਕੇ ਲੰਬੀ ਲਿਸਟ ਲੈ ਕੇ ਬਹਿ ਜਾਂਦਾ ਹੈ ਕਿ ਆਹ ਵੀ ਦੇ ਦੇ, ਆਹ ਵੀ ਦੇ ਦੇ, ਹੁਣ ਆਹ ਵੀ ਦੇ ਦੇ, ਆਹ ਵੀ ਦੇ ਦੇ, ਆਹ ਵੀ ਰਹਿੰਦਾ, ਆਹ ਵੀ ਨਹੀਂ ਮਿਲਿਆ, ਆਹ ਵੀ ਸਭ ਨੂੰ ਦਿੱਤਾ, ਮੈਂ ਹੀ ਰਹਿ ਗਿਆ, ਐਂ ਸਭ ਲੈਣਾ ਲੈ ਕੇ ਖੜ ਜਾਂਦਾ। ਅਤੇ ਜਿਹਨੂੰ ਜਿੰਨੀ ਟਰੱਸਟ ਹੁੰਦਾ ਉਹ ਕਹਿੰਦਾ ਆਪੇ ਜਾਣੇ ਆਪੇ ਦੇ, ਆਖੇ ਸੇ ਪੇ ਕੇਈ ਕੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਉਹ ਪਾਤਸ਼ਾਹ ਦਾ ਪਾਤਸ਼ਾਹ ਰਹਿ, ਉਸ ਕੋਲ ਸਿਫਤ ਸਲਾਹਣਾ ਹੈ, ਕਿਉਂਕਿ ਉਸ ਅੰਦਰ ਪ੍ਰਤੀਤੀ ਹੈ ਕਿ ਰੱਬ ਆਪੇ ਜਾਣਦਾ ਅਤੇ ਆਪੇ ਜਦੋਂ ਲੋੜ ਹੋਏਗੀ ਦੇਊਗਾ, ਉਹ ਮੈਨੂੰ ਦੇਣਾ ਹੀ ਦੇਣਾ ਹੈ ਕਿਉਂਕਿ ਮੈਂ ਉਹਦਾ ਪੁੱਤਾ ਪੁੱਤਰ ਹਾਂ। ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਜਿਸ ਬਾਰਕ ਭੁੱਖ ਕੈਸੀ। ਧਿਆਨ ਰੱਖ, ਕਹਿੰਦੇ ਐਸੀ ਅਵਸਥਾ ਪ੍ਰਤੀਤੀ ਨਾਲ ਆਉਂਦੀ ਹੈ, ਇਹ ਸਭ ਤੋਂ ਬੜਾ ਜੁਗਤੀ ਦਾ ਡੰਡਾ ਹੈ। ਧਿਆਨ ਰੱਖ, ਜੇ ਤੁਹਾਡੇ ਕੋਲ ਜੁਗਤੀ ਪ੍ਰਤੀਤੀ ਦੀ ਨਹੀਂ ਨਾ ਹੈ, ਜਿੰਨੇ ਮਰਜ਼ੀ ਡੰਡੇ ਚੱਕੀ ਫਿਰਿਓ, ਕੋਈ ਨਹੀਂ ਡਰੂਗਾ। ਧਿਆਨ ਰੱਖਣਾ, ਕੁਛ ਨਹੀਂ ਹੋਣਾ।